ਹੈਲੋ ਸਟੂਡੈਂਟਸ ਸਾਰਿਆਂ ਦਾ ਮੇਰੀ ਕਲਾਸ 'ਚ ਬਹੁਤ-ਬਹੁਤ ਸਵਾਗਤ ਹੈ ਤੇ ਸਾਰਿਆਂ ਨੂੰ ਪਹਿਲਾਂ ਤਾਂ ਮੇਰੇ ਵੱਲੋਂ ਪਿਆਰ ਭਰ ਸਤਿ ਸ਼੍ਰੀ ਅਕਾਲ ਹੈ। ਕੁਐਸਚਨ ਨੰਬਰ ਅਸੀਂ ਕਰਨਾ 7 ਐਕਸਰਸਾਈਜ਼ ਸੈਕਸ਼ਨ ਹੈਗੀ ਹੈ 12.2 ਤੇ ਕਲਾਸ ਹੈ 9 ਤੇ ਕੁਐਸਚਨ ਸਾਡਾ ਹੈਗਾ ਅ ਕਾਈਟ ਇਨ ਦਾ ਸ਼ੇਪ ਆਫ ਅ ਸਕੁਅਰ ਵਿਦ ਅ ਡਾਇਗੋਨਲ 32 ਸੈਂਟੀਮੀਟਰ ਐਂਡ ਐਨ ਆਈਸੋਸਸਲਿਸ ਟ੍ਰਾਇੰਗਲ ਆਫ ਬੇਸ 8 ਸੈਂਟੀਮੀਟਰ ਐਂਡ ਸਾਈਡ 6 ਸੈਂਟੀਮੀਟਰ ਈਚ is to be made of three different shades as shown in the figure theek hai how much paper of each shade has been used in it hun figure tanu dikhai hai is figure de anusar tin part hai ide ik do tin three parts bolya ne aur eh jada kite hai ga ik square de karda hai jida diagonal jede sanu kinna ditta 32 cm kyuki square hai ਤੇ ਦੇ ਡਾਇਗਨਲ ਜਿਹੜੇ ਆ ਇਕੁਅਲ ਹੋਣਗੇ ਸਕੁਅਰ ਦੇ ਡਾਇਗਨਲ ਦੀ ਪ੍ਰੋਪਰਟੀ ਹੀ ਹੁੰਦੀ ਹੈ ਕਿ ਇਹ ਦੇ ਡਾਇਗਨਲ ਇਕੁਅਲ ਹੁੰਦੇ ਆ ਤੇ ਇੱਕ ਦੂਜੇ ਦੇ ਬਾਈਸੈਕਟਰ ਹੁੰਦੇ ਆ ਪਰਪੈਂਡੀਕੂਲਰ ਬਾਈਸੈਕਟਰ ਹੁੰਦੇ ਆ ਪਰਪੈਂਡੀਕੂਲਰ ਬਾਈਸੈਕਟਰ ਮਤਲਬ ਇੱਕ ਦੂਜੇ ਨੂੰ ਜਿੱਥੇ ਕੱਟਦੇ ਆ ਨਾ ਇਹ ਜਿੰਦਾ ਇੱਥੇ ਕੱਟਿਆ ਤੇ ਉੱਥੇ 90 ਡਿਗਰੀ ਦਾ ਕੋਣ ਬਣਾਉਂਦੇ ਆ ਇਹਦੇ ਨਾਲ ਇੱਕ ਦੂਜੇ ਨਾਲ ਇਹ 90 90 ਡਿਗਰੀ ਦਾ ਕੋਣ ਬਣਾਉਂਦੇ ਆ ਤੇ ਇੱਕ ਦੂਜੇ ਦਾ ਅੰਤ ਕਰਦੇ ਆ ਇੱਕ ਦੂਜੇ ਦਾ ਅੱਧ ਕਰਦੇ ਆ ਮਤਲਬ ਜਿਹੜਾ ਇਹ ਵਾਲਾ 32 ਸੈਂਟੀਮੀਟਰ ਹੋਏਗਾ ਤੇ 16 ਸੈਂਟੀਮੀਟਰ ਇੱਧਰ ਰਹੇਗਾ ਤੇ 16 ਸੈਂਟੀਮੀਟਰ ਇੱਧਰ ਰਹੇਗਾ ਠੀਕ ਹੈ ਨਾ ਹੁਣ ਸਾਡੇ ਕੋਲ ਦੇਖੋ ਇਹ ਟ੍ਰੈਂਗਲ ਬਣਦੀ ਪਈ ਉੱਪਰ ਟ੍ਰੈਂਗਲ ਹੈ ਇਹਦੇ ਵਿੱਚ ਬੇਸ ਇਹਦਾ 32 ਹੈ ਤੇ ਹਾਈਟ ਇਹਦੀ 16 ਹੈ ਕਿਉਂਕਿ ਪਰਪੈਂਡੀਕੂਲਰ ਹੈ ਇਦਾਂ ਹੀ ਇਹ ਥੱਲੇ ਵਾਲੀ ਟ੍ਰੈਂਗਲ ਇਹਦੇ ਇਕੁਅਲ ਹੈ ਕਿਉਂਕਿ ਇਹਦਾ ਵੀ ਬੇਸ 32 ਹੈ ਤੇ ਇਹਦੀ ਵੀ ਹਾਈਟ ਹੈ 16 ਸੈਂਟੀਮੀਟਰ ਆ। ਉਹ ਲਗ ਲਗ ਸ਼ੇਡ ਦਾ ਜੀ ਉਹਨੇ ਪੁੱਛਿਆ ਹੈ ਨਾ ਸਾਡੇ ਕੋਲ ਡਿਫਰੈਂਟ ਸ਼ੇਡਸ ਹੈਗੇ ਆ। ਤੇ ਇਹ ਸ਼ੇਡ ਜਿਹੜਾ ਲੱਗਿਆ ਹੈ ਉੱਪਰ ਇਹ ਵਾਲਾ ਸ਼ੇਡ ਪਤੰਗ ਦਾ ਹਨਾ ਇਹ ਲੱਗਿਆ ਤੇ ਇਹ ਅਲੱਗ ਸ਼ੇਡ ਹੈ। ਹੁਣ ਇਹ ਵਾਲੀ ਟ੍ਰਾਇੰਗਲ ਜਿਹੜੀ ਆ ਇਹਦਾ ਉਹਨੇ ਮੈਜ਼ਰਮੈਂਟ ਦਿੱਤਾ 8 ਸੈਂਟੀਮੀਟਰ ਤੇ ਬਾਕੀ ਦੋ ਸਾਈਡ ਜਿਹੜੀਆਂ 6 ਸੈਂਟੀਮੀਟਰ ਐਂਡ 6 ਸੈਂਟੀਮੀਟਰ ਆਇਸੋਸੋਲਿਸ ਟ੍ਰੈਂਗਲ ਇਹਦੇ ਥੱਲੇ ਬਣੀ ਹੋਈ ਜਿਹੜੀ ਜਿੰਨੂੰ ਅਸੀਂ ਪਤੰਗ ਦੀ ਪੂਛ ਕਹਿੰਦੇ ਨੇ ਨਾ ਐਂਗੂਲਰ ਹੈਗੀ ਆ ਤੇ ਇਹਦਾ ਅਲੱਗ ਸਾਈਡ ਤੇ ਸਾਨੂੰ ਮਾਪ ਦਿੱਤਾ ਹੋਇਆ ਹੁਣ ਪਹਿਲਾਂ ਤਾਂ ਅਸੀਂ ਇਹ ਕੱਢੀਏ ਇਸ ਪਹਿਲਾਂ ਇਸ 쉐ਡ ਦਾ ਅਸੀਂ ਏਰੀਆ ਪਤਾ ਕਰਾਂਗੇ ਇਸ 쉐ਡ ਦਾ ਏਰੀਆ ਤੇ ਇਸ 쉐ਡ ਦਾ ਏਰੀਆ ਇਕੁਅਲ ਹੋਣਾ ਹੈ ਠੀਕ ਹੈ ਹੁਣ ਅਸੀਂ ਕੀ ਲਿਖਦੇ ਆ ਏਰੀਆ ਆਫ ਫਸਟ ਪਾਰਟ इज इक्वल टू एरिया ऑफ सेकेंड पार्ट ठीक है हूँ एरिया ऑफ फर्स्ट पार्ट की है फर्स्ट पार्ट इज अ ट्रेंगल विद बेस थर्टी टू सेंटीमीटर एंड हाइट 16 cm सेंटीमीटर बिकॉज़ डायगनल ऑफ square आर परपेंडिकुलर bisector ठीक है ये अ कारण लिखा ਹੁਣ ਇਹਦੇ ਪੰਜਾਬੀ ਚ ਵੀ ਅਸੀਂ ਲਿਖ ਲਈਏ ਨਾ ਨਾਲ ਨਾਲ ਕਿਉਂਕਿ ਪੰਜਾਬੀ ਵਾਲਿਆਂ ਨੇ ਵੀ ਕਰਨਾ ਆ ਠੀਕ ਹੈ ਪੰਜਾਬੀ ਚ ਅਸੀਂ ਲਿਖਦੇ ਆ ਭਾਗ 1 ਦਾ ਖੇਤਰਫਲ ਬਰਾਬਰ ਭਾਗ 2 ਦਾ ਖੇਤਰਫਲ ਠੀਕ ਹੈ ਨਾ ਹੁਣ ਭਾਗ ਇਹ ਭਾਗ 1 ਜਿਹੜਾ ਇੱਕ ਤਿਕੋਣ ਹੈ ਜਿਸ ਦਾ ਆਧਾਰ 32 ਸੈਂਟੀਮੀਟਰ ਅਤੇ ਉਚਾਈ 16 ਸੈਂਟੀਮੀਟਰ ਹੈ ਕਿਉਂ ਹੈ ਇਹ ਅਸੀਂ ਕਾਰਨ ਲਿਖ ਦੇਣਾ ਬਿਕੋਜ਼ ਵਰਗ ਦੇ ਵਿਕਰਣ ਇੱਕ ਦੂਜੇ ਦੇ ਲੰਬ ਸੰਬਧੁਪਾਜਿਕ ਹੁੰਦੇ ਹਨ ਲੰਬ ਸੰਬਧੁਪਾਜਿਕ ਹੁੰਦੇ ਹਨ ਇਹ ਕਾਰਨ ਹੈ ਲੰਬ ਸੰਬਧੁਪਾਜਿਕ ਹੋਏ ਤਾਂ ਹੀ 16 ਸੈਂਟੀਮੀਟਰ ਉੱਤੇ ਰਿਹਾ 16 ਸੈਂਟੀਮੀਟਰ ਥੱਲੇ ਰਿਹਾ ਤੇ ਇਹ ਅਸੀਂ ਬੇਸ ਨੂੰ ਅਸੀਂ ਨਹੀਂ ਵੰਡਿਆ ਬੇਸ ਕਿਉਂਕਿ ਅਸੀਂ ਦੋਨੇ ਟ੍ਰੈਂਗਲਸ ਲਈ ਅਸੀਂ ਇੱਕੋ ਬੇਸ ਯੂਜ਼ ਕੀਤਾ ਇਨ ਪਾਰਟ 1 Base of triangle is equal to thirty two centimetre. Height of triangle is equal to sixteen centimetre. Area of triangle is equal to one by two into base into height ٹھیک ہے ਹੁਣ ਇਹ ਸਾਡੇ ਕੋਲ ਹੋ ਜਾਣਾ 1/2 بیس ਸਾਡੇ ਕੋਲ ਕਿੰਨਾ ਸੀ 32 ਤੇ ਹਾਈਟ ਹੈ ਕਿੰਨੀ 16 سینٹی میٹر ਸਕੁਅਰ ਹੋ ਗਿਆ 2 1 2 ਤੇ 16 2 32 ਹੁਣ ਸਾਡੇ ਕੋਲ ਕੀ ਆ ਗਿਆ 16 16 16 ਨੂੰ 16 ਨਾਲ ਗੁਣਾ ਕਰਾਂਗੇ ਤੇ ਸਾਡੇ ਕੋਲ ਆnda 256 ਯਾਨੀ ਕਿ 256 سینٹی میٹر ਸਕੁਅਰ ਇੱਥੇ ਅਸੀਂ ਲਿਖਾਂਗੇ area of second part ਠੀਕ ਹੈ ਫਰਸਟ ਪਾਰਟ ਤੇ ਸੈਕਿੰਡ ਪਾਰਟ ਦਾ ਏਰੀਆ ਸਾਡੇ ਕੋਲ ਹੋ ਗਿਆ ਫਰਸਟ ਪਾਰਟ ਦਾ ਏਰੀਆ ਪਤਾ ਕਰ ਲਿਆ ਉਹ ਜਿਹੜਾ second part ਹੈ ਠੀਕ ਹੈ ਇਹਨੂੰ ਪੰਜਾਬੀ ਚ ਵੀ ਲਿਖ ਲੈਣੇ ਅਸੀਂ ਇਹਨੂੰ ਕੀ ਲਿਖਾਂਗੇ ਅਸੀਂ ਤਿਕੋਣ ਦਾ ਆਧਾਰ बराबर 32 सेंटीमीटर त्रिकोण ਦੀ ਉਚਾਈ बराबर 16 सेंटीमीटर ਤਿਕੋਣ ਦਾ ਖੇਤਰਫਲ बराबर 1/2 ਆਧਾਰ ਲੰਬ ਉਸ ਤੋਂ ਬਾਅਦ ਇਹ ਸਮ ਇਦਾਂ ਹੀ ਹੋਣਾ ਤਾਂ ਉਸ ਤੋਂ ਬਾਅਦ ਇਹ ਹੈ ਨਾ ਏਰੀਆ ਆਫ ਪਾਰਟ 2 ਏਰੀਆ ਪਾਰਟ 2 ਮਤਲਬ ਭਾਗ 2 ਦਾ ਖੇਤਰਫਲ ਭਾਗ 2 ਦਾ ਖੇਤਰਫਲ ਇਹ ਸਾਡੇ ਕੋਲ ਹੁਣ ਦੋਨਾਂ ਭਾਗਾਂ ਦਾ ਖੇਤਰਫਲ ਆ ਗਿਆ ਹੁਣ ਅਸੀਂ ਪਤਾ ਕਰਨਾ ਤੀਸਰੇ ਭਾਗ ਦਾ ਖੇਤਰਫਲ ਤੀਸਰਾ ਭਾਗ ਸਾਡੇ ਕੋਲ ਜਿਹੜਾ ਆਈਸੋਸਸਲ ਟ੍ਰੈਂਗਲ ਹੈ ਜਾਨੀ ਕਿ ਸਮਦੋਪੂਜੀ ਤਿਕੋਣ ਹੈਗੀ ਆ ਇਹਦਾ ਖੇਤਰਫਲ ਕੱਢਣ ਲਈ ਸਾਨੂੰ ਹੇਰੋਨਸ ਫਾਰਮੂਲਾ ਲੈਣਾ ਪੈਣਾ ਠੀਕ ਹੈ ਤਾਂ ਇਹਦਾ ਏਰੀਆ ਪਤਾ ਕਰੀਏ ਹੁਣ ਅਸੀਂ ਹੇਰੋ ਸੂਤਰ ਦਰਾਂ ठीक है एरिया ऑफ पार्ट थ्री विच इज एन आइसोसोलिस ट्रायंगल विद साइड्स ए इज़ इक्वल टू एट सेंटीमीटर बी इज इक्वल टू सिक्स सेंटीमीटर सी इज़ इक्वल टू सॉरी सी इज इक्वल टू सिक्स सेंटीमीटर ठीक है पंजाबी अस लिख लीए तीसरे भाग का खेत्रफल जो कि एक दो तिकोण है जिस दियाँ पजाव ए बराबर अठ सम बी बराबर छे समी बराबर छे सम ठीक है ਹੁਣ ਸਾਡੇ ਕੋਲ ਆ ਜਾਏਗਾ S S ਕਿੰਦਾ ਪਤਾ ਕਰਾਂਗੇ ਅਸੀਂ ਇਤੋਂ ਸੇਮ ਹੀ ਹੋਣਾ ਪੰਜਾਬੀ ਇੰਗਲਿਸ਼ ਦਾ S A plus B plus C 2 A ਸਾਡੇ ਕੋਲ 8 ਹੈ B 6 ਹੈ ਤੇ C ਵੀ 6 ਹੈ 2 6 6 12 ਦਾ 8 20 20 2 2 1 2 10 ਦਾ ਹੈ 20 ਦਾ ਸੈਂਟੀਮੀਟਰ ਆ ਗਿਆ ਠੀਕ ਹੈ ਹੁਣ ਏਰੀਆ एस इंटू एस माइनस ए इंटू एस माइनस बी इंटू एस माइनस सी सारे का स्केयर रूट ये को जाएगा एस हैगा दस दस माइनस अठ दस माइनस छे दस माइनस छे सारे का स्केर रूट नाले को सेंटीमीटर स्केयर हूँ साढ़े को गया है दस गुणा 2 4 4 ਸੈਂਟੀਮੀਟਰ ਸਕੁਅਰ ਹੁਣ ਦੇਖੋ 4 ਦਾ ਪੇਅਰ ਬਣਦਾ ਪਿਆ ਇਹਨੂੰ ਤਾਂ ਅਸੀਂ ਬਾਹਰ ਲੈ ਆਈਏ ਪਹਿਲਾਂ ਹੀ ਇੱਕ 4 ਜਿਹੜੇ ਬਾਹਰ ਆ ਗਏ ਅੰਡਰ ਰੂਟ ਤਾਂ ਅੰਡਰ ਰੂਟ ਦੇ ਅੰਦਰ ਸਾਡੇ ਕੋਲ ਰਹਿ ਗਿਆ 5 2 10 ਨੂੰ ਅਸੀਂ ਇੱਧਰ ਲਿਖ ਸਕਦੇ ਹਾਂ 10 ਜਿਹੜੇ ਆ 5 2 10 1 2 ਹੋ ਰਿਹਾ ਸਾਡੇ ਕੋਲ ਸੈਂਟੀਮੀਟਰ ਸਕੁਅਰ ਇਹ ਸਾਡੇ ਕੋਲ ਕੀ ਆ ਜਾਏਗਾ ਇਹ ਦੋ ਪੇਅਰ ਬਣ ਗਿਆ ਇਹ ਬਾਹਰ ਆ ਜਾਏਗਾ 4 2 4 2 ਅੰਡਰੂਟ 32 ਹੋ ਰਿਹਾ ਗਿਆ 5 ਸੈਂਟੀਮੀਟਰ ਸਕੁਅਰ ਇਹ ਬਣ ਗਿਆ ਸਾਡੇ ਕੋਲ 4 2 8 ਠੀਕ ਹੈ ਤੇ ਅੰਡਰੂਟ 5 ਸੈਂਟੀਮੀਟਰ ਸਕੁਅਰ ਹੁਣ ਅੰਡਰੂਟ 5 ਹੈ ਜਿਹੜਾ ਇਹਦੀ ਸਾਡੇ ਕੋਲ ਵੈਲਿਊ ਹੁੰਦੀ ਹੈ 2.24 ਤੇ ਅਸੀਂ ਲਿਖਾਂਗੇ एट मल्टीप्लाई बाई टू पॉइंट टू फोर सेंटीमीटर स्कोअर हम जो असी मल्टीप्लाई करिए टू पॉइंट टू फोर न एट न चार अठ बत्ती तीन अठ दोलह सतारह अठारह उन्नी अठ जवी सोलह तो एक सतारा हूँ क्योंकि डेसीमल जरा दो पॉइंट दो डिजिट छ इस करके इतने भी अभी दो, दो डिजिट छ के डेसीमल लगा देंगे आंसर साढ़ा आ गया सैवनटीन पॉइंट नाइन टू 17.92 ਸੈਂਟੀਮੀਟਰ ਸਕਰ ਜੇ ਸਾਨੂੰ ਪੰਜ ਦਾ ਅੰਡਰ ਰੂਟ ਜੇ ਯਾਦ ਨਾ ਰਹੇ ਜਾਂ ਕਿਸੇ ਵੀ ਅੱਖਰ ਦਾ ਜੇ ਅੰਡਰ ਰੂਟ ਸਾਨੂੰ ਯਾਦ ਨਾ ਨਾ ਰਹੇ ਤਾਂ ਉਹਨੂੰ ਕੱਢਣ ਦਾ ਤਰੀਕਾ ਮੈਂ ਤੁਹਾਨੂੰ ਦੱਸਿਆ ਸੀ ਕਿ ਅਸੀਂ ਡਿਵੀਜ਼ਨ ਮੈਥਡ ਨਾਲ ਹੀ ਪਤਾ ਕਰਦੇ ਹਾਂ ਹੁਣ 5 ਜਿਹੜੇ ਇਕੱਲੇ ਆ ਸਾਡੇ ਕੋਲ ਤਾਂ ਅਸੀਂ 2 2 ਦਾ 4 ਕਰ ਲਿਆ ਸਾਡੇ ਕੋਲ 1 ਬਚਿਆ ਬਾਕੀ ਡੈਸੀਮਲ ਲਗਾਵਾਂਗੇ ਇੱਥੇ ਲਗਾਵਾਂਗੇ ਇੱਥੇ ਦੋ ਜ਼ੀਰੋ ਲਗਾਣੀਆਂ ਕਿਉਂਕਿ ਅਸੀਂ ਜਿਹੜਾ ਸਾਡਾ ਡਿਵੀਜ਼ਨ ਮੈਥਡ ਹੁੰਦਾ ਅਸੀਂ ਪੇਅਰ ਦੇ ਵਿੱਚ ਹੀ ਡਿਜੀਟ ਥੱਲੇ ਉਤਾਰਦੇ ਹਾਂ ਇਸ ਕਿਉਂਕਿ ਪੇਅਰ ਆਫ ਜ਼ੀਰੋਜ਼ ਲਿਆ ਸੀ ਤੇ ਇਹ ਜ਼ੀਰੋ ਦੋਨੇ ਤੇ نیچے ਉਤਾਰ ਗਏ 2 2 4 ਹੋ ਗਿਆ ਪਲੱਸ ਕਰਕੇ ਤੇ ਇਹਨੂੰ ਹੁਣ ਦੇਖੀਏ ਅਸੀਂ ਕਿ ਇਹਦੇ ਨਾਲ ਕਰਾਂਗੇ ਅ ਦੋ ਨਾਲ ਦੋ ਨਾਲ ਦੋ ਹੀ ਇੱਥੇ ਲਿਖਾਂਗੇ ਕਿਉਂਕਿ ਮਲਟੀਪਲਾਈ ਅਸੀਂ ਉਹਦੇ ਨਾਲ ਹੀ ਕਰਨਾ ਜਿਹੜੀ ਰਕਮ ਹੋਵੇ ਇੱਥੇ ਲੈਣੀ ਹੈ ਉਹੀ ਉੱਥੇ ਲੈਣੀ ਹੈ ਅਸੀਂ ਇਹ 2 2 4 ਤੇ 2 ਚੋਕੇ 8 84 ਹੋ ਗਿਆ ਮਾਈਨਸ ਕਰਾਂਗੇ 6 ਬਚੇ ਬਾਕੀ ਤੇ 1 16 ਬਚ ਕੇ ਸਾਡੇ ਕੋਲ अच्छा ਹੁਣ ਇਹ 44 ਹੋ ਜਾਣੇ ਕਿਉਂਕਿ ਇਹ 28 ਚੈਡ ਹੋ ਜਾਣੇ 44 ਹੋਗੇ ਇੱਥੇ ਅਸੀਂ 00 ਹੋਰ ਇੱਥੇ ਲੈ ਕੇ ਇੱਥੇ 00 ਲਈ ਇੱਥੇ ਉਤਾਰ ਲਈ ਹੁਣ ਇਹਨੂੰ ਅਸੀਂ ਕਿਹਦੇ ਨਾਲ ਕਰਾਂਗੇ ਠੀਕ ਹੈ ਨਾ 4 ਨਾਲ ਕਰਾਂਗੇ 4 ਚੌਕੇ 16 ਬੰਦੇ ਪਏ ਆ ਬਟ ਇਹ ਜ਼ਿਆਦਾ ਹੋ ਜਾਣੇ ਇਹਨੂੰ ਅਸੀਂ 3 ਨਾਲ ਕਰਾਂਗੇ 3 ਨਾਲ ਕਰਕੇ ਦੇਖਦੇ ਆ ਪਹਿਲਾਂ 4 4 3, 3 3 3 9 3 4 12 3 4 12 ਤੇ 1 13 ਠੀਕ ਹੈ ਅੱਛਾ ਇਹ ਸਾਡੇ ਕੋਲ ਹੋ ਗਿਆ 1329 3 ਤੇ ਗਿਆ ਇਹ ਠੀਕ ਇੱਕ ਬਚਿਆ ਬਾਕੀ ਇੱਥੇ 9 ਜੋ ਦੋਗੇ 7 ਤੇ 5 ਜੋ 3 ਗਏ 2 272 ਬਚੇ ਡੈਸੀਮਲ ਦੇ 3 ਪਲੇਸੇ ਤੱਕ ਅਸੀਂ ਜਾਂਦੇ ਆ ਇਹ ਵੈਲਿਊ ਪਤਾ ਕਰਨੇ ਲਈ ਠੀਕ ਹੈ ਅੱਛਾ ਇਹ نیچے ਆਏ ਸਾਡੇ ਕੋਲ ਤੇ ਇੱਥੇ ਕਿੰਨਾ ਹੋ ਗਿਆ ਸਾਡੇ ਕੋਲ 44336 ਠੀਕ ਹੈ ਹੁਣ ਅਸੀਂ ਇਹਨੂੰ ਕਿਹਦੇ ਨਾਲ ਮਲਟੀਪਲਾਈ ਕਰਾਂਗੇ ਇਹ ਇੱਥੇ 27 ਹੈ ਤਾਂ 5 ਤੇ ਜਾਏਗਾ ਇਹ 6 ਤੇ ਵੀ ਜਾਏ 6 ਤੇ ਜਾ ਸਕਦਾ 4 4 6 6 6 ਨਾਲ ਮਲਟੀਪਲਾਈ ਕਰਾਂਗੇ 6 6 36 3 6 36 ਤਾਂ 39 6 4 24 24 ਤਾਂ 3 27 6 4 24 25 26 ਇਹ ਚਲ ਗਿਆ 6 ਤੇ ਠੀਕ ਹੈ ਇਹ ਆ ਗਿਆ 26796 ਅਸੀਂ ਇੱਥੇ ਤੱਕ ਕਰ ਲਿਆ ਬਾਕੀ ਬਚਿਆ ਅੱਛਾ ਹੁਣ ਜਿਹੜੇ 6 ਹੈ ਗਿਆ ਉਹ 5 ਤੋਂ ਜ਼ਿਆਦਾ ਹੈ 6 5 ਤੋਂ ਜ਼ਿਆਦਾ ਹੈ ਇਸ ਕਰਕੇ 6 ਨੂੰ ਅਸੀਂ ਹਟਾ ਕੇ ਇਹ 3 ਚ ਇੱਕ ਜੋੜ ਕੇ ਇਹ ਹੋ ਜਾਏਗਾ ਸਾਡੇ ਕੋਲ ਇਹ ਸਾਡੀ 5 ਦੇ ਰੂਟ ਦੀ ਵੈਲਿਊ ਹੈ ਜਿਹੜੀ ਮੈਂ ਤੁਹਾਨੂੰ ਇੱਥੇ ਲਿਖਾਈ ਹੈ ਕਿ 5 ਦੇ ਰੂਟ ਦੀ ਵੈਲਿਊ ਸਾਡੇ ਕੋਲ ਹੁੰਦੀ ਹੈ 2.24 ਸੈਂਟੀਮੀਟਰ ਠੀਕ ਹੈ ਅਬਲ ਤਾਂ ਯਾਦ ਰੱਖਣੀ ਹੈ ਜੇ ਨਹੀਂ ਯਾਦ ਹੋਵੇ ਤਾਂ ਇਦਾਂ ਹਮੇਸ਼ਾ ਹੀ ਅਸੀਂ ਡਿਵੀਜ਼ਰ ਮੈਥਡ ਨਾਲ ਇਹਦਾ ਸਕੁਅਰ ਰੂਟ ਪਤਾ ਕਰ ਸਕਦੇ ਹਾਂ ਓਕੇ ਸੋ ਇਹ ਸਾਡਾ ਕੁਐਸਚਨ ਜਿਹੜਾ ਤਿੰਨੇ ਪਾਰਟ ਜਿਹੜੇ ਆ ਉਹਨਾਂ ਦਾ ਏਰੀਆ ਆ ਗਿਆ ਸਾਡੇ ਕੋਲ ਕਿਉਂਕਿ ਉਹਨੇ ਅਲੱਗ-ਅਲੱਗ ਪੁੱਛਿਆ ਹਰੇ ਰੰਗ ਦਾ ਕਿੰਨਾ ਕਾਗਜ਼ ਲੱਗਿਆ ਪਹਿਲੇ ਰੰਗ ਦਾ ਤੇ ਦੂਜੇ ਰੰਗ ਦੇ ਕਾਗਜ਼ ਬਰਾਬਰ ਲੱਗਣੇ ਆ ਠੀਕ ਹੈ ਤੀਸਰੇ ਰੰਗ ਦਾ ਕਾਗਜ਼ ਜਿਹੜਾ ਇਹਨਾਂ ਲੱਗੇ ਓਕੇ ਇਹ ਕੁਐਸਚਨ ਸਾਡਾ ਕੰਪਲੀਟ ਹੋ ਗਿਆ ਨੈਕਸਟ ਕੁਐਸਚਨ ਲਈ ਅਸੀਂ ਅਗਲੀ ਵੀਡੀਓ 'ਚ ਫਿਰ ਮਿਲਦੇ ਹਾਂ Till then, bye-bye.